ਆਵਾਜ਼ ਆਵੇਗੀ ਕੁਰਾਨ ਦੀ ਆਵਾਜ਼ ਆਵੇਗੀ ਹੱਜ ਦੀ ਆਵਾਜ਼ ਆਵੇਗੀ ਉਮਰੇ ਦੀ ਆਵਾਜ਼ ਆਵੇਗੀ ਅਰਜ਼ ਕਰਨਾ ਕਿ ਯਾਦ ਰੱਖੀ ਮਰਨ ਤੋਂ ਪਹਿਲੇ ਪਹਿਲੇ ਆਪਣੇ ਦਿਲ ਦੀ ਟੇਪ ਤੇ ਸਹੀ ਸਹੀ ਭਰ ਲੈ ਤਾਂ ਕਿ ਕਿਆਮਤ ਵਾਲੇ ਦਿਨ ਜਿਸੇ ਤੇਰੇ ਦਿਲ ਤੇ ਸੂਈ ਰੱਖੀ ਜਾਏ ਜੋ ਕੁਝ ਦੁਨੀਆ ਕਰਦੇ ਕਰਦਾ ਸੀ ਕਿਆਮਤ ਵਾਲੇ ਦਿਨ ਉਹ ਤੇਰਾ ਦਿਲ ਬੋਲੇ ਸਾਬੇ ਕਾਫ ਦਾ ਕੁੱਤੇ ਕੁੱਤੇ ਨੇ ਨਮਾਜ਼ ਨਹੀਂ ਪੜ੍ਹੀ ਰੋਜ਼ਾ ਨਹੀਂ ਰੱਖਿਆ ਜ਼ਕਾਤ ਨਹੀਂ ਦਿੱਤੀ ਹੈ ਭਾਈ ਨੇਕੀ ਦਾ ਕੰਮ ਨਹੀਂ ਕੀਤਾ ਲੇਕਿਨ ਕੁੱਤੇ ਨੇ ਇੱਕ ਕੰਮ ਜ਼ਰੂਰ ਕੀਤਾ ਕੁਰਾਨ ਪੇ ਕਹਿੰਦਾ ਕਿ ਕੁੱਤਾ ਪੈਰ ਫੈਲਾ ਕੇ ਗਾਰ ਦੇ ਸਾਹਮਣੇ ਬਹਿ ਗਿਆ ਸਾਬੇ ਕਾਫ ਅੰਦਰ ਨੇ ਕੁੱਤਾ ਬਾਹਰ ਸਹਾਬੇ ਕਾਫ ਨੂੰ ਦੀਦਾਰੇ ਖੁਦਾਬੰਦੀ ਨਸੀਬ ਹੁੰਦਾ ਹੈ ਕੁੱਤੇ ਨੂੰ ਵੀ ਦੀਦਾਰ ਖੁਦਾਬੰਦੀ ਕੁੱਤੇ ਤੇ ਸਵਾਲ ਕੀਤਾ ਤੂੰ ਨਾ ਮਾਸਟਰ ਏ ਨਾ ਪ੍ਰੋਫੈਸਰ ਏ ਨਾ ਲੈਕਚਰਾਰ ਏ ਨਾ ਜੱਜ ਏ ਨਾ ਮੈਂਬਰ ਏ ਨਾ ਮੈਂਬਰ ਏ ਨਾ ਵਜ਼ੀਰ ਆਜ਼ਮ ਏ ਨਾ ਗਵਰਨਰ ਏ ਤੈਨੂੰ ਦੀਦਾਰ ਏ ਖੁਦਾਵੰਦੀ ਕਿਸ ਤਰ੍ਹਾਂ ਸੀ ਵਾ ਕੁੱਤੇ ਨੇ ਮੈਨੂੰ ਜਵਾਬ ਦਿੱਤਾ ਤੁਹਾਨੂੰ ਪਤਾ ਨਹੀਂ ਮੈਂ ਮਾਸਟਰ ਵੀ ਨਹੀਂ ਮੈਂ ਪ੍ਰੋਫੈਸਰ ਵੀ ਨਹੀਂ ਮੈਂ ਲੈਕਚਰਾਰ ਵੀ ਨਹੀਂ ਮੈਂ ਡਾਕਟਰ ਵੀ ਨਹੀਂ ਮੈਂ ਮੈਂਬਰ ਵੀ ਨਹੀਂ ਮੈਂ ਨੰਬਰਦਾਰ ਵੀ ਨਹੀਂ ਮੈਂ ਵਜ਼ੀਰ ਆਜ਼ਮ ਵੀ ਨਹੀਂ ਮੈਂ ਗਵਰਨਰ ਵੀ ਨਹੀਂ ਮੈਨੂੰ ਦੀਦਾਰ ਇਸ ਵਾਸਤੇ ਨਸੀਬ ਹੋਇਆ ਮੈਂ ਬਲੀ ਦੇ ਦਰਵਾਜ਼ੇ ਤੇ ਬਹਿ ਗਿਆ ਕੜਾਹ ਵਿੱਚ ਰੋ ਪਾਈ ਸੀ ਗੁੜ ਬਾਣੇ ਸੀ ਮੈਂ ਘੋੜੀ ਰੋਕ ਲਈ ਮੈਂ ਸੰਗੀ ਨੂੰ ਆਖਿਆ ਮੈਂ ਆਖਿਆ ਯਾਰ ਤਾਜ਼ਾ ਤਾਜ਼ਾ ਘੋੜੇ ਇੱਕ ਪੇਸੀ ਜ਼ਰਾ ਸਿਖਾ ਲਈ ਹੈ ਸੰਗੀ ਗਿਆ ਤੇ ਕਹਿਣ ਲੱਗਾ ਉਹ ਪੀਰ ਪੇਸੀ ਪੈ ਮੰਗਦੇ ਨੇ ਘੋੜੀ ਤੇ ਬੈਠੇ ਨੇ ਉਸਨੇ ਇੱਕ ਪੇਸੀ ਦੀ ਬਜਾਏ ਮੈਨੂੰ ਦੋ ਪੇਸੀਆਂ ਦੇ ਦਿੱਤੀਆਂ ਪੇਸੀ ਮੈਂ ਤਾਂ ਨਹੀਂ ਰੱਖੀ ਮੈਂ ਪੇਸੀ ਤੇ ਸਵਾਲ ਕੀਤਾ ਤੇ ਤੂੰ ਗੁੜ ਬਣ ਗਿਆ ਤੇ ਗੁੜ ਕਿਸ ਤਰ੍ਹਾਂ ਬਣੇ ਆਖਿਆ ਜੀ ਮੇਰੇ ਮਾਲਕ ਨੇ ਮੇਰੇ ਸੀਨੇ ਤੇ ਟੋਕਾ ਮਾਰਿਆ ਤੇ ਮੈਂ ਉਹ ਫਰਾਕ ਕੀਤੀ ਮੇਰਾ ਮਾਲਕ ਮੈਨੂੰ ਚੁੱਕ ਕੇ ਤੇ ਵੇਲੇ ਦੇ ਮੂੰਹ ਅੱਗੇ ਆਖ ਰੱਖ ਦਿੱਤਾ ਮੈਂ ਉਹ ਫਰਾਕ ਕੀਤੀ ਮੈਂ ਵੇਚਦਾ ਸਾ ਕਿ ਮੇਰੇ ਮਾਲਕ ਨੇ ਮੇਰੇ ਤੇ ਜ਼ੁਲਮ ਕਰਨਾ ਮੈਨੂੰ ਵੇਲੇ ਵਿੱਚੋਂ ਲੰਘਾਇਆ
ਮੇਰੀਆਂ ਹੱਡੀਆਂ ਪੀਸ ਦਿੱਤੀਆਂ ਆਲੋ ਫਿਰ ਵੀ ਮੈਂ ਫਰਕ ਕੀਤੀ ਮੇਰਾ ਮਾਲਕ ਬਾਜ਼ ਨਾ ਆਇਆ ਉਸਨੂੰ ਮੈਨੂੰ ਕੜਾਹ ਵਿੱਚ ਪਾ ਦਿੱਤਾ ਅੱਲਾ ਪਹਿਲੇ ਮੇਰੇ ਸਿਰੇ ਤੇ ਟੋਕਾ ਮਾਰਿਆ ਫਿਰ ਮੇਰੀਆਂ ਹੱਡੀਆਂ ਨਚੋੜੀਆਂ ਫਿਰ ਕੜਾਹ ਤੇ ਪਾ ਬਾਰ ਬਾਰ ਮੈਨੂੰ ਸਾੜਿਆ ਬਾਰ ਬਾਰ ਮੈਨੂੰ ਅੱਗ ਲਾਈ ਲੇਕਿਨ ਮੈਨੂੰ ਟੋਕਾ ਲੱਗ ਗਿਆ ਤਾਂ ਮੈਂ ਫਰਕ ਕੀਤੀ ਮੇਰੀਆਂ ਹੱਡੀਆਂ ਵੇਲੇ ਵਿੱਚ ਪਿੱਛੇ ਗਈਆਂ ਤਾਂ ਮੈਂ ਫਰਕ ਕੀਤੀ ਮੈਨੂੰ ਅੱਗ ਵਿੱਚ ਪਾਇਆ ਤਾਂ ਮੈਂ ਫਰਕ ਕੀਤੀ ਮੇਰਾ ਇਮਾਨ ਸੀ ਇਹ ਸਾਰਾ ਇਮਤਿਹਾਨਾਂ ਵਿੱਚੋਂ ਮੈਂ ਗੁਜ਼ਰਾਂਗਾ ਤੇ ਮੈਨੂੰ ਮਕਾਨ ਜ਼ਰੂਰ ਮਿਲੇਗਾ ਇਮਤਿਹਾਨ ਆਉਂਦੇ ਨੇ ਲੇਕਿਨ ਘਬਰਾਉਣਾ ਨਹੀਂ ਚਾਹੀਦਾ ਇਮਾਨ ਮਜ਼ਬੂਤ ਰੱਖਣਾ ਚਾਹੀਦਾ ਆਖਣ ਲੱਗਾ ਮੈਂ ਸਾਰੇ ਇਮਤਿਹਾਨ ਕੱਟੇ ਲੇਕਿਨ ਮੈਨੂੰ ਪਤਾ ਸੀ ਕਿ ਮੈਨੂੰ ਮੰਜ਼ਿਲ ਮਿਲੇਗੀ ਅੱਜ ਮੈਨੂੰ ਉਸ ਟੋਕਾ ਮਾਰਨ ਦੀ ਵੇਲੇ ਵਿੱਚੋਂ ਗੁਜ਼ਰਨ ਦੀ ਅੱਗ ਉੱਤੇ ਸਾਰਨ ਦੀ ਅੱਜ ਮਕਾਮ ਇਹ ਮਿਲਿਆ ਕਿ ਮੈਂ ਸਾਰੇ ਸੈਯਦ ਦੀ ਤਲੀ ਉੱਤੇ ਆ ਕੇ ਬੈਠਾ ਮਜ਼ਾ ਤਾਂ ਆਵੇਗਾ ਕਿ ਪੀਰਾਂ ਦੇ ਪਿੱਛੇ ਪਿੱਛੇ ਟੁਰੀ ਜਾਏ ਹੁਣ ਇਨਸ਼ਾਅੱਲਾ ਸਫਾ ਸਿੱਧੀਆਂ ਕਰ ਲਓ ਟੇੜੇ ਨਾ ਬੈਠੋ ਸਫਾ ਸਿੱਧੀਆਂ ਕਰ ਲਓ ਹੁਣ ਜ਼ਿਕਰ ਪਾਕ ਹੁੰਦਾ ਜ਼ਿਕਰ ਪਾਕ ਤੋਂ ਬਾਅਦ ਅਸੀਂ ਹੱਥ ਦਿਲ ਤੇ ਰਖਾਉਂਦੇ ਹਾਂ ਜ਼ੰਜੀਰ ਬਣਾਉਂਦੇ ਹਾਂ
ताकि एक बंदे का करंट पूरी पूरी साफ़ फैल जाए। एक दिल अगर काला है दूसरा नूर है, और नूर वाले दिल का करंट भी उस काले दिल से जाए ताकि भी नूर हो जाए। है जी, काबे शरीफ वाल मुंह कर लो, लहदे वाल मुंह कर लो, सफा सीधिया कर लो, जिक्र होना है, और जिक्र आना बंदा कभी बदबख्त नहीं रहता। आज तो तुमने इंशाल्लाह बख्त वैसे ही जाके नहीं करा, तो जान के आयो है जिसे तक पहुंचो, तुम बख्त की जगह अकेले आए ने। सारे सफा सीधिया कर लो, खलीफा खुशी मोहम्मद साहब की मैं ड्यूटी ला रहा है जी। या लतीफ, या अलीम, या खबीर, ये अगे पीछे भी पढ़ा करो, बड़ा अजीम वजीफा है। और जरा सारा दिन सारी रात पढ़ता है, मेरा ख्याल है को जाके कोई मुश्किल नहीं रहती। ए पढ़ान गए तुसी नाल आ पढ़ दी जाए, जिक्र हो जाएगा, उस बाद दाड़िया वाला का ऐलान होगा, जेने दाड़िया रखे हैं ने है जी, जेने दी नमाज तहज्जुद कदा रही हुई, जेने दाड़िया रखे हैं ने, जेने दी नमाज कदा रही हुई, उन्होंने नाम मिलेगा। हाँ जी सजा दसो जी सजा। दोस्तों जी बनाउणी आ।